ਸਾਡੇ ਵਾਲ ਓਨੇ ਜ਼ਿਆਦਾ ਖਰਾਬ ਹੋਣ ਵਾਲੇ ਪਾਸੇ ਨੂੰ ਤੁਰ ਪਏ ਨੇ। ਲੋਕ ਕਹਿੰਦੇ ਨੇ ਜੀ ਅਸੀਂ 2-2 ਹਜ਼ਾਰ ਦਾ ਸ਼ੈਂਪੂ ਲਾ ਕੇ ਦੇਖ ਲਿਆ, ਅਸੀਂ 2-2 ਹਜ਼ਾਰ ਦਾ ਤੇਲ ਬਣਾ ਕੇ ਦੇਖ ਲਿਆ, ਮਹਿੰਗੇ ਤੋਂ ਮਹਿੰਗਾ ਤੇਲ ਲਾ ਕੇ ਦੇਖ ਲਿਆ, ਪਰ ਸਾਡੇ ਵਾਲ ਨਾ ਤਾਂ ਲੰਮੇ ਹੁੰਦੇ ਨੇ, ਨਾ ਉਹ ਗਰੋਥ ਫੜਦੇ ਨੇ, ਨਾ ਉਹਨਾਂ 'ਚ ਸ਼ਾਈਨਿੰਗ ਆ, ਬਿਲਕੁਲ ਬੇਜਾਨ ਵਾਲ ਹੋਏ ਪਏ ਨੇ। ਤੇਜ਼ਾਬ ਜ਼ਿਆਦਾ ਬਣ ਗਿਆ ਤਾਂ ਕੀ ਹੋਣਾ, ਤੁਹਾਡੀ ਸਕਿਨ ਆ ਜਿਹੜੀ ਰੁੱਖੀ ਹੋਣ ਲੱਗ ਜਾਣੀ ਹੈ, ਰੁੱਖੀ ਹੋ ਗਈ ਤੁਹਾਡੇ ਵਾਲ ਆ ਜਿਹੜੇ ਉਹ ਬੇਜਾਨ ਹੋ ਜਾਣੇ, ਬੇਜਾਨ ਹੋਣਗੇ ਤਾਂ ਉਹ ਝੜਨਗੇ, ਨਵੇਂ ਗਰੋਥ ਵੀ ਨਹੀਂ ਕਰਨਗੇ, ਤਾਂ ਉੱਪਰੋਂ ਉੱਥੇ ਤੁਸੀਂ ਕਹਿ ਲਓ ਵੀ ਚਮੜੀ ਦੇ ਵਿੱਚ ਘੇਰਾ ਬਣ ਜਾਂਦਾ, ਰੋਮ ਬੰਦ ਹੋ ਜਾਂਦੇ ਆ, ਉੱਥੇ ਕੀੜਾ ਵੀ ਲੱਗਣਾ ਜਿਹੜਾ ਸ਼ੁਰੂ ਹੋ ਜਾਂਦਾ। ਸਾਡੇ ਜੀ ਵਾਲ ਝੜਕੇ ਇੰਨੇ ਕਰਿਆ ਕਿ ਸਵੇਰ ਨੂੰ ਅਸੀਂ ਕੰਘਾ ਕਰਦੇ ਹਾਂ ਤਾਂ ਉਹ ਕੰਘੇ ਦੇ ਵਿੱਚ ਵਾਲ ਬਹੁਤ ਆ ਜਾਂਦੇ ਨੇ। ਉਹਨਾਂ ਦਾ ਮੇਨ ਕਾਰਨ ਇਹ ਹੈ ਵੀ ਤੁਹਾਡੇ ਵਾਲ ਜਿਹੜੇ ਹੈਗੇ ਆ ਤੰਦਰੁਸਤ ਰਹਿਣ, ਇਸ ਕਰਕੇ ਵੀ ਤੁਹਾਡਾ ਲਿਵਰ ਜਿਹੜਾ ਸਭ ਤੋਂ ਪਹਿਲਾਂ ਪਰਫੈਕਟ ਹੋਣਾ ਚਾਹੀਦਾ, ਤੰਦਰੁਸਤ ਹੋਣਾ ਚਾਹੀਦਾ। ਇਹ ਗੋਲ ਗੋਲ ਜਿਹੜੇ ਬੰਟਿਆਂ ਦੇ ਆਕਾਰ ਦੇ ਇਹ ਜਿਹੜੇ ਫਲ ਹੈਗੇ ਨੇ, ਅਸੀਂ ਇਹ ਕਹਿ ਲਈਏ ਕਿ ਇਹੀ ਇਹਨਾਂ ਦੇ ਵਿੱਚ ਹੀ ਜਿਹੜਾ ਤੁਹਾਡੇ ਸਿਰ ਦੇ ਵਾਲਾਂ ਦਾ, ਤੁਹਾਡੇ ਸਰੀਰ ਦੇ ਵਾਲਾਂ ਦਾ ਇਲਾਜ ਛੁਪਿਆ ਹੋਇਆ। ਜਦੋਂ ਸਕਿਨ ਤੁਹਾਡੀ ਖੁਸ਼ਕ ਹੋ ਗਈ, ਉਹਦੇ ਵਿੱਚ ਨਮੀ ਨਹੀਂ ਰਹੀ, ਉਹ ਤਰ ਨਾ ਰਹੀ, ਤਾਂ ਦੇਖੋ ਉਹ ਜਿਹੜੀ ਵਾਲਾਂ ਨੂੰ ਖੁਰਾਕ ਮਿਲਣੀ ਆ, ਉੱਥੋਂ ਖੁਰਾਕ ਮਿਲਣੀ ਬੰਦ ਹੋ ਜਾਣੀ ਆ। ਜਦੋਂ ਖੁਰਾਕ ਹੀ ਮਿਲਣੀ ਬੰਦ ਹੋ ਗਈ, ਤੁਸੀਂ ਇੱਕ ਬੂਟੇ ਦੇ ਵਿੱਚ ਪਾਣੀ ਪਾਉਣਾ ਬੰਦ ਕਰ ਦਿਉ, ਮੰਨ ਲਓ ਨੋਰਮਲ ਬੂਟਾ ਤੁਸੀਂ ਲਾਇਆ, ਉਹ 'ਚ ਪਾਣੀ ਪਾਉਣਾ ਬੰਦ ਕਰ ਦਿਉ, ਥੋੜ੍ਹੇ ਦਿਨ ਹੌਲੀ 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 ਕਰਕੇ ਉਹ ਸੁੱਕ ਜੂਗਾ। ਜਿਹੜਾ ਰਾਤੋ ਰਾਤ ਇਹ ਤੇਲ ਜੇਕਰ ਅਸੀਂ ਬਣਾ ਲਈਏ ਤਾਂ ਤੁਹਾਡੇ ਵਾਲਾਂ ਨੂੰ ਫਰਕ ਪੈਣਾ ਰਾਤੋ ਰਾਤ ਸ਼ੁਰੂ ਹੋ ਜਾਏਗਾ। ਸਾਡੀਆਂ ਭੈਣਾਂ ਦੇ ਜਿਹੜੇ ਵਾਲ ਸਫੈਦ ਹੋ ਗਏ, ਉਹਨਾਂ ਦਾ ਹੱਲ ਇਸ ਤੇਲ ਦੇ ਵਿੱਚ ਹੈ। ਤੁਹਾਡਾ ਤੁਸੀਂ ਕਹਿ ਰਹੇ ਬੜਾ ਜਾਦੂਈ ਤੇਲ ਹੈ, ਨਿੰਮ ਦੀ ਗਰੀ ਦਾ ਤੇਲ, ਅਤੇ ਇਹ ਐਕਸਟਰਾ ਵਰਜਨ ਜਿਹੜਾ ਅੱਜ ਕੱਲ੍ਹ ਮਾਡਰਨ ਲੋਕਾਂ ਨੇ ਸੁਣਿਆ ਹੋਇਆ, ਕੋਕੋਨਟ ਦਾ ਵਾਇਲ, ਹੋਪੇ ਦਾ ਤੇਲ ਜਿਹੜਾ ਹੈਗਾ, ਇਹ ਜੰਮਦਾ ਨਹੀਂ ਹੈਗਾ, ਜਿਹੜਾ ਐਕਸਟਰਾ ਵਰਜਨ ਹੈਗਾ ਤੇਲ, ਇਹ ਤੁਸੀਂ ਵਾਲਾਂ ਦੀ ਸਿੱਕਰੀ ਹੋਵੇ ਜੀ, ਵਾਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਵੇ, ਜਾਂ ਜਿਸੇ 'ਤੇ ਕੀੜਾ ਲੱਗਿਆ ਹੋਇਆ, ਜਾਂ ਜਿਹਦੇ ਵਾਲ ਬਹੁਤ ਜ਼ਿਆਦਾ ਨਜਾਇਜ਼ ਝੜ ਰਹੇ ਹੈ, ਉਹਨਾਂ ਵਾਸਤੇ ਬਹੁਤ ਕਾਰਗਰ ਚੀਜ਼ਾਂ ਹੱਥ ਹੈ ਜਿਹੜਾ ਸਿਰਤੀ ਰਹਿੰਦੇ ਜੀ ਇਸ ਤਰੀਕੇ ਨਾਲ ਸਾਰਾ ਸਾਰਾ ਦਿਨ, ਉਹ ਕਦੇ ਕਿਤੇ ਖਾਜ ਕਰਦੇ ਨੇ, ਕਦੇ ਕਿਤੇ ਖਾਜ ਕਰਦੇ ਨੇ, ਉਹ ਖਾਜ ਦਾ ਕੀ ਕਾਰਨ ਹੈ ਜੀ? ਹਵਾ ਨਹੀਂ, ਹੁਣ ਵਾਲਾਂ ਦੇ ਵਿੱਚ ਮੰਨ ਲਓ ਵੀ ਹਵਾ ਨਹੀਂ ਪੈਂਦੀ, ਹਵਾ ਦੇ ਉੱਥੇ ਤੁਹਾਡੀ ਫੰਗਸ ਇਨਫੈਕਸ਼ਨ ਆ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਣੀ ਆ, ਤਾਂ ਉੱਥੇ ਖਾਰਸ਼ ਜਿਹੜੀ ਉੱਠਣੀ ਹੈ, ਤਾਂ ਇੱਕ ਨੋਰਮਲ ਗੱਲ ਆ ਵੀ ਖਾਰਸ਼ ਜਿਹੜੀ ਉੱਠੂਗੀ ਹੀ ਉੱਠੂਗੀ ਜੀ। ਵਾਈਟ ਵਾਈਟ ਸਪੋਟ ਹੋ ਗਏ ਸਫੈਦ ਵਾਲਾਂ ਦੇ, ਕੋਈ ਸੱਜੇ ਪਾਸੇ, ਕੋਈ ਖੱਬੇ ਪਾਸੇ, ਜ਼ਿਆਦਾਤਰ ਬਿਲਕੁਲ ਮੱਥੇ ਦੇ ਉੱਪਰ ਸਾਡੀਆਂ ਭੈਣਾਂ ਦੇ, ਉਹ ਸਪੋਟ ਬੜੇ ਡਿਸਟਰਬ ਕਰਦੇ ਨੇ, ਬੜੇ ਔਕਵਰਡ ਹੁੰਦਾ, ਸਾਰਾ ਵਾਲ ਜਿਹੜੇ ਕਾਲੇ ਹੁੰਦੇ ਨੇ ਅਤੇ ਇੱਕ ਥਾਂ 'ਤੇ ਖਾਸ ਕਰਕੇ 20-50-100 ਵਾਲ ਹੈ ਜਿਹੜਾ ਉਹ ਸਫੈਦ ਹੋ ਜਾਂਦਾ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਜੇਕਰ ਤੁਹਾਡੇ ਵਾਲਾਂ ਦੇ ਵਿੱਚ ਸਿੱਕਰੀ ਹਟੀ ਨਹੀਂ ਰਹੀ, ਹਰੇਕ ਹਰਵੇ ਤੋਂ ਬਾਅਦ, ਹਰੇਕ ਟੋਟਕੇ ਤੋਂ ਬਾਅਦ, ਹਰੇਕ ਨੁਸਖੇ ਤੋਂ ਬਾਅਦ ਤੁਹਾਡੇ ਵਾਲ ਝੜਨੋਂ ਹਟੀ ਨਹੀਂ ਰਹੇ, ਤੁਹਾਡੇ ਵਾਲਾਂ ਨੂੰ ਕੀੜਾ ਲੱਗ ਗਿਆ, ਇੱਥੋਂ ਤੱਕ ਕਿ ਜਿਹੜੀਆਂ ਤੁਹਾਡੀਆਂ ਪਲਕਾਂ, ਤੁਹਾਡੀਆਂ ਮੁੱਛਾਂ, ਤੁਹਾਡੀ ਦਾੜੀ ਔਰ ਜਿਹੜੇ ਤੁਹਾਡੇ ਵਾਲ ਹੈਗੇ ਨੇ ਸਿਰ ਦੇ, ਉਹ ਖਾ ਚੁੱਕਿਆ ਜਾਂ ਖਾ ਰਿਹਾ, ਤੁਹਾਡੇ ਸਿਰ ਦੇ ਵਿੱਚ ਜ਼ਖਮ ਹੋ ਗਏ ਨੇ, ਜ਼ਖਮ ਨਹੀਂ ਠੀਕ ਹੋ ਰਹੇ, ਤੁਹਾਡੇ ਸਿਰ ਦੇ ਵਿੱਚ ਸਾਰਾ ਸਾਰਾ ਦਿਨ ਜਿਹੜੀ ਖਾਰਿਸ਼ ਹੁੰਦੀ ਰਹਿੰਦੀ ਹੈ, ਜਾਂ ਫਿਰ ਤੁਹਾਡੇ ਸਿਰ ਦੇ ਵਿੱਚ ਸਿੱਕਰੀ ਹੈਗੀ ਹੈ ਜਿਹੜੀ ਉਹ ਸਾਲ ਦੇ 365 ਦਿਨ ਨਹੀਂ ਹਟਦੀ, ਤਾਂ ਅੱਜ ਇਹ ਨੁਸਖਾ ਤੁਹਾਡੇ ਲਈ ਹੈ। ਇਹ ਨੁਸਖਾ ਜਿਹੜਾ ਲੈ ਕੇ ਆਏ ਨੇ ਬੜੀ ਸਰਮੋਰ ਬੇਨਤੀ ਤੋਂ ਬਾਅਦ ਡਾਕਟਰ ਜਗਰੂਪ ਸਿੰਘ ਭੰਗੂ, ਜਿਹੜੇ ਕਿ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਦੇ ਤੌਰ 'ਤੇ ਜਾਣੇ ਜਾਂਦੇ ਨੇ,
ਉਹਨਾਂ ਨੇ ਅੱਜ ਤੁਹਾਨੂੰ ਦੱਸਣਾ। ਬਹੁਤ ਛੋਟਾ ਜਿਹਾ ਨੁਸਖਾ ਹੈ ਇਹ। ਦੇਖੋ ਤੁਸੀਂ ਇਹ ਗੋਲ ਗੋਲ ਜਿਹੜੇ ਬੰਟਿਆਂ ਦੇ ਆਕਾਰ ਦੇ ਇਹ ਜਿਹੜੇ ਫਲ ਹੈਗੇ ਨੇ, ਅਸੀਂ ਇਹ ਕਹਿ ਲਈਏ ਕਿ ਇਹੀ ਇਹਨਾਂ ਦੇ ਵਿੱਚ ਹੀ ਜਿਹੜਾ ਤੁਹਾਡੇ ਸਿਰ ਦੇ ਵਾਲਾਂ ਦਾ, ਤੁਹਾਡੇ ਸਰੀਰ ਦੇ ਵਾਲਾਂ ਦਾ ਇਲਾਜ ਛੁਪਿਆ ਹੋਇਆ। ਗੱਲਬਾਤ ਕਰ ਲੈਂਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਨੁਸਖਾ, ਕੀ ਫਾਰਮੂਲਾ, ਕਿਉਂ ਝੜਦੇ ਨੇ, ਕਿਹੜੇ ਪਰਹੇਜ਼ ਨੇ, ਔਰ ਕਿਵੇਂ ਅਸੀਂ ਆਪਣੇ ਵਾਲਾਂ ਦਾ, ਸਰੀਰ ਦੇ ਵਾਲਾਂ ਦਾ ਧਿਆਨ ਰੱਖ ਸਕਦੇ ਹਾਂ। ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਹਮੇਸ਼ਾ ਦੀ ਤਰ੍ਹਾਂ, ਬੜਾ ਕੀਮਤੀ ਸਮਾਂ ਹੁੰਦਾ ਡਾਕਟਰ ਭੰਗੂ ਦਾ, ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ, ਸਾਡੇ ਨਾਲ ਟੋਟ ਕੇ ਨੁਸਖੇ ਜਿਹੜੇ ਆਯੁਰਵੈਦਿਕ ਉਹ ਸ਼ੇਅਰ ਕਰਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਜੀ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਅੱਛਾ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਵਾਲਾਂ ਦੀ ਗੱਲ ਸ਼ੁਰੂ ਕਰੀਏ, ਸਾਨੂੰ ਇਹ ਦੱਸੋ ਵੀ ਸਾਡੇ ਸਰੀਰ ਅਤੇ ਕੁਦਰਤ ਨੇ ਵਾਲ ਜਿਹੜੇ ਉਹ ਉਗਾਏ ਕਿਉਂ ਨੇ? ਵਾਲਾਂ ਤੋਂ ਬਗੈਰ ਵੀ ਤਾਂ ਸਰ ਸਕਦਾ ਸੀ ਜਾਂ ਨਹੀਂ ਜੀ? ਦੇਖੋ, ਵਾਲਾਂ ਤੋਂ ਬਗੈਰ ਨਹੀਂ ਸਰ ਸਕਦਾ ਸੀ। ਸਾਡੇ ਵਾਈਟਲ ਪਾਰਟ ਜਿਹੜੇ ਬਾਡੀ ਦੇ ਆ, ਵਾਈਟਲ ਔਰਗਨ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਬਹੁਤ ਨਾਜ਼ੁਕ ਅੰਗ ਨੇ ਜਿਹੜੀਆਂ ਸਾਡੀਆਂ, ਇੰਨੀਆਂ ਤੰਤਰਿਕਾਵਾਂ ਨਾੜੀਆਂ ਜਿਹੜੀਆਂ ਹੈਗੀਆਂ ਕੁਦਰਤ ਨੇ ਬਹੁਤ ਸੂਖਮ ਨਾੜੀਆਂ ਦਿੱਤੀਆਂ ਸਾਡੇ ਸਰੀਰ ਨੂੰ, ਉਹਨਾਂ ਦੀ ਰੱਖਿਆ ਕਰਨ ਵਾਸਤੇ ਜਿਹੜਾ ਹੈਗਾ ਹੈ ਉਹ ਵਾਲਾਂ ਦਾ ਉੱਗਣਾ ਬਹੁਤ ਜ਼ਰੂਰੀ ਸੀਗਾ। ਸਾਡਾ ਹੈੱਡ ਹੈ, ਸਾਡਾ ਸਾਰਾ ਨਰਵਸ ਸਿਸਟਮ, ਸਾਡਾ ਕੰਪਿਊਟਰ ਆ, ਜਿਹੜਾ ਸਾਡੇ ਦਿਮਾਗ ਹੈਗਾ, ਜਿਹੜਾ ਸਾਡੇ ਹੈੱਡ ਦੇ ਵਿੱਚ ਪਿਆ, ਸਾਡੇ ਸਿਰ ਦੇ ਵਿੱਚ, ਤਾਂ ਇਸ ਕਰਕੇ ਉਹ ਵਾਲ ਉੱਥੇ ਲਗਾਏ ਗਏ ਆ ਵੀ ਜੇ ਕਿਤੇ ਸੱਟ ਵੱਜਦੀ ਹੈ ਤਾਂ ਉਹਦੀ ਕੁਛ ਨਾ ਕੁਛ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਯੂਜ਼ ਕੀਤੀ ਜਾਵੇ। ਜੇ ਹੁਣ ਆਪਾਂ ਸਿਰ 'ਤੇ ਕੋਈ ਕੱਪੜਾ ਬੰਨਦੇ ਹਾਂ ਜਾਂ ਕੁਛ ਬੰਨਦੇ ਹਾਂ, ਜਾਂ ਸਾਡੇ ਗੁਰੂਆਂ ਪੀਰਾਂ ਨੇ ਕੁਛ ਵੀ ਸਾਨੂੰ ਦਿੱਤਾ, ਜਾਂ ਅਸੀਂ ਹੈਲਮਟ ਪਾਉਂਦੇ ਹਾਂ, ਕੁਛ ਵੀ ਕਰਦੇ ਹਾਂ, ਤਾਂ ਉਹ ਕਾਹਦੇ ਵਾਸਤੇ ਪਾਉਂਦੇ ਹਾਂ? ਵੀ ਸਾਡੇ ਜਿਹੜੇ ਸਿਰ ਦੀ ਹੈ ਉਹ ਇੱਕ ਤਰ੍ਹਾਂ ਦੀ ਸਾਡੀ ਪ੍ਰੋਟੈਕਸ਼ਨ ਬਣੀ ਰਹੇ, ਤਾਂ ਕਿ ਉਹ ਸੱਟ ਤੋਂ ਬਚਾ ਰਹੇ ਸਾਡਾ। ਕੁੱਲ ਮਿਲਾ ਕੇ ਜਿਹੜੇ ਵਾਲ ਸੀ ਸਾਡੇ, ਉਹ ਸਾਡੀ ਪ੍ਰੋਟੈਕਸ਼ਨ ਕੁਦਰਤ ਨੇ ਬਣਾਏ ਸੀ, ਪਰ ਹੁਣ ਵਾਲ ਹੀ ਬਿਮਾਰੀਆਂ ਬਣ ਗਏ ਨੇ ਜੀ, ਫਿਰ ਹੁਣ ਕੀ ਕਰੀਏ? ਦੇਖੋ, ਵਾਲ ਬਿਮਾਰੀਆਂ ਨਹੀਂ ਬਣੀਆਂ ਜੀ, ਸਾਡੇ ਜਿਹੜੀ ਖੁਰਾਕ ਹੈ ਉਹ ਬਿਮਾਰੀਆਂ ਵਧਾ ਰਹੀ ਹੈ। ਜਿੱਥੇ ਹੁਣ ਮੰਨ ਲਓ ਤੁਸੀਂ ਕਹਿ ਰਹੇ ਹੋ ਵੀ ਵਾਲ ਬਿਮਾਰੀਆਂ ਬਣ ਗਏ, ਨਹੀਂ, ਅੱਜ ਤੋਂ 100-100, 200-200 ਸਾਲ ਪਹਿਲਾਂ ਤਾਂ ਜਿਹੜੇ ਸਾਡੇ ਰਿਸ਼ੀ ਮੁਨੀ ਸੀਗੇ, ਜਿੰਨੇ ਵੀ ਤੁਸੀਂ ਦੇਖ ਲਓ ਤਕੜੇ ਸਾਇੰਟਿਸਟ ਹੋਏ ਨੇ, ਆਪਾਂ ਇਹ ਨਹੀਂ ਕਹਿੰਦੇ ਵੀ ਇਕੱਲੇ ਸਿੱਖੀਜ਼ਮ ਜਾਂ ਕੁਛ ਵੀ ਹੈ, ਜਿੰਨੇ ਸਾਇੰਟਿਸਟ ਹੋਏ ਨੇ, ਤਕੜੇ ਸਾਰੇ ਵੱਡੇ ਮਹਾਨ ਲੋਕ ਹੋਏ ਨੇ, ਉਹਨਾਂ ਨੇ ਵਾਲ ਕਿਉਂ ਨਹੀਂ ਜਿਹੜੇ ਕਟਾਏ? ਕਿਉਂਕਿ ਵਾਲ ਸਭ ਤੋਂ ਵੱਡਾ ਇੱਕ ਨਾਲ ਇਹ ਆ ਤੁਹਾਨੂੰ ਵਿਟਾਮਿਨ ਡੀ ਦਾ ਵੀ ਸਭ ਤੋਂ ਵੱਡਾ ਸੋਰਸ ਹੈ, ਕਿਉਂਕਿ ਵਿਟਾਮਿਨ ਡੀ ਸਭ ਤੋਂ ਵੱਧ ਤੁਹਾਡੇ ਜਿਹੜੇ ਵਾਲਾਂ ਦੇ ਵਿੱਚ ਸੂਰਜ ਰਾਹੀਂ ਮਿਲਦਾ, ਉਹ ਸਭ ਤੋਂ ਵੱਧ ਤੁਹਾਡੀ ਬਾਡੀ ਨੂੰ ਲੈ ਕੇ ਦਿੰਦੇ ਆ। ਜਿੰਨਾ ਤੁਸੀਂ ਉਹਨੂੰ ਕੱਟ ਕੇ ਰੱਖੋਗੇ, ਉਹਨਾਂ ਤੁਹਾਡੀ ਬਾਡੀ ਦੇ ਵਿੱਚ ਵਿਟਾਮਿਨ ਡੀ ਦੀ ਵੀ ਜਿਹੜੀ ਕਮੀ ਹੈ, ਡੈਫੀਸ਼ੈਂਸੀ ਆ, ਉਹ ਜ਼ਿਆਦਾ ਰਹੂਗੀ ਜੀ, ਤੁਹਾਡੇ ਬਾਡੀ ਦੇ ਵਿੱਚ ਐਨਰਜੀ ਵੀ ਉਨੀ ਜ਼ਿਆਦਾ ਘਟੂਗੀ। ਪਰ ਡਾਕਟਰ ਸਾਹਿਬ, ਤੁਸੀਂ ਤਾਂ ਇੱਕ ਗੱਲ ਹੋਰ ਕਹਿ ਰਹੇ ਸੀ ਮੈਨੂੰ ਜਦੋਂ ਪਿਛਲੀ ਵੀਡੀਓ ਦੇ ਵਿੱਚ ਗੱਲ ਹੋਈ ਹੈ, ਤੁਸੀਂ ਕਹਿ ਰਹੇ ਸੀ ਕਿ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਆਉਣ ਤੋਂ ਪਹਿਲਾਂ ਤੁਹਾਡੇ ਵਾਲ ਤੁਹਾਨੂੰ ਦੱਸ ਦਿੰਦੇ ਨੇ, ਉਹ ਕਿਵੇਂ ਦੱਸ ਦਿੰਦੇ ਨੇ ਜੀ? ਵਾਲ ਬਿਮਾਰੀ ਦੱਸ ਸਕਦੇ ਨੇ? ਬਿਲਕੁਲ ਦੱਸ ਸਕਦੇ ਨੇ, ਕਿਉਂਕਿ ਦੇਖੋ ਤੁਹਾਡਾ ਲੀਵਰ, ਮੰਨ ਲਓ ਤੁਹਾਡਾ ਲੀਵਰ ਫੈਟੀ ਹੋ ਗਿਆ, ਤੁਹਾਡੇ ਲੀਵਰ ਦੇ ਵਿੱਚ ਤੇਜ਼ਾਬ ਜ਼ਿਆਦਾ ਬਣ ਗਿਆ, ਤਾਂ ਕੀ ਹੋਣਾ? ਤੁਹਾਡੀ ਸਕਿੰਨ ਆ ਜਿਹੜੀ ਰੁੱਖੀ ਹੋਣ ਲੱਗ ਜਾਣੀ ਹੈ, ਰੁੱਖੀ ਹੋ ਗਈ, ਤੁਹਾਡੇ ਵਾਲ ਆ ਜਿਹੜੇ ਉਹ ਵੇਜਾਨ ਹੋ ਜਾਣੇ, ਵੇਜਾਨ ਹੋਣਗੇ ਤਾਂ ਉਹ ਝੜਨਗੇ, ਨਵੇਂ ਗਰੋਥ ਵੀ ਨਹੀਂ ਕਰਨਗੇ, ਤਾਂ ਉੱਪਰੋਂ ਉੱਥੇ ਤੁਸੀਂ ਕਹਿ ਲਓ ਵੀ ਚਮੜੀ ਦੇ ਵਿੱਚ ਘੇਰਾ ਬਣ ਜਾਂਦਾ, ਰੋਮ ਬੰਦ ਹੋ ਜਾਂਦੇ ਆ, ਉੱਥੇ ਕੀੜਾ ਵੀ ਲੱਗਣਾ ਜਿਹੜਾ ਸ਼ੁਰੂ ਹੋ ਜਾਂਦਾ, ਸਿੱਕਰੀ ਹੈ ਵਾਲਾਂ ਦੇ ਉੱਤੇ, ਤੈਅ ਐਡੀ ਕੁ ਬਣ ਜਾਂਦੀ ਜਦੋਂ ਖੁਸ਼ਕੀ ਹੁੰਦੀ ਆ, ਤਾਂ ਉਹੀ ਤੁਹਾਡੀ ਸਕਿੰਨ ਦੀ ਤੈਅ ਬਣ ਬਣ ਕੇ, ਪੇਪੜੀਆਂ ਬਣ ਬਣ ਕੇ ਜਿਹੜੀ ਉਤਰਨ ਲੱਗ ਜਾਂਦੀ ਆ। ਤੁਸੀਂ ਦੇਖਿਆ ਜਦੋਂ ਆਪਾਂ ਜ਼ਮੀਨ ਨੂੰ ਪਾਣੀ ਨਹੀਂ ਦਿੰਦੇ ਤਾਂ ਤੇੜਾਂ ਫਟਣ ਲੱਗ ਜਾਂਦੀਆਂ ਨੇ, ਸੇਮ ਉਹੀ ਕੰਮ ਜਿਹੜਾ ਸਾਡੀ ਸਕਿੰਨ ਦੇ ਵਿੱਚ ਜਿਹੜਾ ਹੁੰਦਾ ਹੈ, ਤੁਸੀਂ ਐਵੇਂ ਲਾਈਨ ਮਾਰਦੇ ਹੋ ਜਾਂ ਉੱਥੇ ਇੰਨੀ ਖੁਸ਼ਕੀ ਆ ਜਾਂਦੀ ਆ ਵੀ ਉਹ ਲਾਈਨ ਵੱਜੀ ਹੋਈ ਤੁਹਾਡੀ ਸਕਿੰਨ 'ਤੇ ਤੁਹਾਨੂੰ ਦਿਖਦੀ ਹੈ, ਉਹਦਾ ਕਾਰਨ ਮੇਨ ਹੁੰਦਾ ਵੀ ਤੁਹਾਡੇ ਲੀਵਰ ਦੇ ਵਿੱਚ ਜਿਹੜੀ ਖੁਸ਼ਕੀ ਹੈ ਉਹ ਬਹੁਤ ਜ਼ਿਆਦਾ ਲੋੜ ਤੋਂ ਜ਼ਿਆਦਾ ਵੱਧ ਗਈ ਹੈ, ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਡਾਕਟਰ ਸਾਹਿਬ, ਬਹੁਤ ਵਾਰ ਹੁੰਦਾ ਜੀ ਕਈਆਂ ਦਾ ਹੱਥ ਹੈ ਜਿਹੜਾ ਸਿਰਤੀ ਰਹਿੰਦਾ ਜੀ, ਇਸ ਤਰੀਕੇ ਨਾਲ ਸਾਰਾ ਸਾਰਾ ਦਿਨ ਉਹ ਕਦੇ ਕਿਤੇ ਖਾਜ ਕਰਦੇ ਨੇ, ਕਦੇ ਕਿਤੇ ਖਾਜ ਕਰਦੇ ਨੇ, ਉਹ ਖਾਜ ਦਾ ਕੀ ਕਾਰਨ ਹੈ ਜੀ? ਉਹ ਖਾਜ ਦਾ ਕਾਰਨ ਇਹ ਆ ਵੀ ਤੁਹਾਡੇ ਜਦੋਂ ਲੀਵਰ 'ਚ
ਗਰਮੀ ਵੱਧਦੀ ਹੈ ਤਾਂ ਤੁਹਾਡੇ ਰੋਮ ਆ ਜਿਹੜੇ ਬੰਦ ਜਦੋਂ ਹੋਣੇ ਸ਼ੁਰੂ ਹੋ ਜਾਂਦੇ ਆ, ਜਿੱਥੇ ਬੰਦ ਜ਼ਿਆਦਾ ਉੱਥੇ ਹੋਣਗੇ ਜਿੱਥੇ ਤੁਹਾਡੇ ਹਵਾ ਨਹੀਂ, ਹੁਣ ਵਾਲਾਂ ਦੇ ਵਿੱਚ ਮੰਨ ਲਓ ਵੀ ਹਵਾ ਨਹੀਂ ਪੈਂਦੀ, ਹਵਾ ਦੇ ਉੱਥੇ ਤੁਹਾਡੀ ਫੰਗਸ ਇਨਫੈਕਸ਼ਨ ਆ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਣੀ ਆ, ਤਾਂ ਉੱਥੇ ਖਾਰਸ਼ ਜਿਹੜੀ ਉੱਠਣੀ ਹੈ ਤਾਂ ਇੱਕ ਨੋਰਮਲ ਗੱਲ ਆ ਵੀ ਖਾਰਸ਼ ਜਿਹੜੀ ਉੱਠੂਗੀ ਹੀ ਉੱਠੂਗੀ ਜੀ ਉੱਥੇ। ਅੱਛਾ, ਅਤੇ ਡਾਕਟਰ ਸਾਹਿਬ ਇੱਕ ਹੋਰ ਬੜਾ ਮਸਲਾ ਅੱਜ ਕੱਲ੍ਹ ਵਾਲਾਂ ਨੂੰ ਲੈ ਕੇ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਿਹਾ, ਉਹ ਇਹ ਹੈ ਕਿ ਜੀ ਅਸੀਂ ਜਿੰਨੇ ਜ਼ਿਆਦਾ ਵਧੀਆ ਮਾਰਕੀਟ ਦੇ ਵਿੱਚੋਂ ਸ਼ੈਂਪੂ ਇਸਤੇਮਾਲ ਕਰਦੇ ਹਾਂ ਸਾਡੇ ਵਾਲ ਓਨੇ ਜ਼ਿਆਦਾ ਖਰਾਬ ਹੋਣ ਵਾਲੇ ਪਾਸੇ ਨੂੰ ਤੁਰ ਪਏ ਨੇ। ਲੋਕ ਕਹਿੰਦੇ ਨੇ ਜੀ ਅਸੀਂ 2-2 ਹਜ਼ਾਰ ਦਾ ਸ਼ੈਂਪੂ ਲਾ ਕੇ ਦੇਖ ਲਿਆ, ਅਸੀਂ 2-2 ਹਜ਼ਾਰ ਦਾ ਤੇਲ ਬਣਾ ਕੇ ਦੇਖ ਲਿਆ, ਮਹਿੰਗੇ ਤੋਂ ਮਹਿੰਗਾ ਤੇਲ ਲਾ ਕੇ ਦੇਖ ਲਿਆ, ਪਰ ਸਾਡੇ ਵਾਲ ਨਾ ਤਾਂ ਲੰਮੇ ਹੁੰਦੇ ਨੇ, ਨਾ ਉਹ ਗਰੋਥ ਫੜਦੇ ਨੇ, ਨਾ ਉਹਨਾਂ 'ਚ ਸ਼ਾਈਨਿੰਗ ਆ, ਬਿਲਕੁਲ ਬੇਜਾਨ ਵਾਲ ਹੋਏ ਪਏ ਨੇ। ਉਹਦਾ ਮੇਨ ਕਾਰਨ ਖੁਰਾਕ ਮੰਨਦੇ ਹੋ ਜਾਂ ਸ਼ੈਂਪੂ ਮੰਨਦੇ ਹੋ ਜਾਂ ਤੇਲ ਜਿਹੜੇ ਬਣਾਵਟੀ ਅੱਜ ਕੱਲ੍ਹ ਚੱਲ ਰਹੇ ਨੇ। ਤੁਸੀਂ ਬਾਜ਼ਾਰ ਦੇ ਵਿੱਚ ਜਿੱਡਾ ਮਰਜ਼ੀ ਤਕੜਾ ਸ਼ੈਂਪੂ ਲੈ ਲਓ, ਕੈਮੀਕਲ ਸਾਰਿਆਂ ਦੇ ਵਿੱਚ ਆ, ਕੋਈ ਬਿਨਾਂ ਕੈਮੀਕਲ ਤੋਂ ਤੁਹਾਨੂੰ ਸ਼ੈਂਪੂ ਤਿਆਰ ਨਹੀਂ ਕਰਕੇ ਦਿੰਦਾ ਹੈਗਾ, ਕਿਉਂਕਿ ਜੇ ਨਾ ਹੋਵੇ ਵੀ ਉਹਦੇ ਵਿੱਚ ਪ੍ਰਜ਼ਰਵੇਟਿਵ ਤਾਂ ਉਹਨੂੰ ਖਰਾਬ ਹੋਣ ਤੋਂ ਬਚਾਉਣ ਲਈ ਤਾਂ ਜਿਹੜੇ ਕੈਮੀਕਲ ਆ ਉਹ ਪਾਏ ਹੀ ਪਾਏ ਹੋਏ ਨੇ, ਉਹ ਤੁਹਾਨੂੰ ਤੁਹਾਡੇ ਵਾਲਾਂ ਨੂੰ ਜਾਂ ਤੁਹਾਡੀ ਚਮੜੀ ਨੂੰ ਕਿੰਨਾ ਕੁ ਠੀਕ ਕਰ ਦੇਣਗੇ। ਦੂਜਾ ਨੰਬਰ ਉਹਦਾ ਇਹ ਹੈ ਵੀ ਤੁਸੀਂ ਆਪਣੇ ਸਰੀਰ ਨੂੰ ਖੁਰਾਕ ਕਿੱਦਾਂ ਦੀ ਦੇ ਰਹੇ ਹੋ, ਤੁਸੀਂ ਆਪਣੇ ਸਰੀਰ ਨੂੰ ਖਾਣਾ, ਤੁਸੀਂ ਆਪਣੇ ਲੀਵਰ ਨੂੰ, ਜਿਹਨੇ ਤੁਹਾਡੀ ਚਮੜੀ ਦੇ ਵਿੱਚ ਤੁਹਾਡੇ ਵਾਲਾਂ ਦੇ ਵਿੱਚ ਜਾਨ ਪਾਉਣੀ ਹੈ, ਉਸ ਤੁਸੀਂ ਅੰਗ ਨੂੰ ਆਪਣੇ ਖੁਰਾਕ ਕਿੱਦਾਂ ਦੀ ਦੇ ਰਹੇ ਹੋ। ਤੁਸੀਂ ਖੁਰਾਕ ਤਾਂ ਦੇ ਰਹੇ ਹੋ ਤੇਲਾਂ ਨਾਲ, ਗੰਦੇ ਤੇਲਾਂ 'ਚ ਬਣੇ ਹੋਏ ਤੁਸੀਂ ਪਕਵਾਨ ਖਾਂਦੇ ਹੋ, ਅਤੇ ਘਟੀਆ ਤੋਂ ਘਟੀਆ ਆਪਾਂ ਨੇ ਵੱਧ ਤੋਂ ਵੱਧ ਤੁਸੀਂ ਕਹਿ ਲਓ ਵੀ ਡਾਲਡਾ ਜਾਂ ਰਿਫਾਇੰਡ ਦੇ ਵਿੱਚ ਤਲੀਆਂ ਚੀਜ਼ਾਂ ਆਪਾਂ ਨੇ ਖਾਣੀਆਂ, ਮੈਦਾ ਵੱਧ ਤੋਂ ਵੱਧ ਅਸੀਂ ਰੱਜ ਕੇ ਖਾਣਾ, ਫਰੂਟ ਜਾਂ ਸਲਾਦ ਅਸੀਂ ਖਾਣਾ ਨਹੀਂ। 99% ਲੋਕ ਆ ਜਿਹੜੇ ਸਿਟਿੰਗ ਜੋਬ ਦੇ ਵਿੱਚ ਹੈਗੇ ਨੇ ਤਾਂ ਉਹ ਪਹਿਲੀ ਗੱਲ ਆ ਪਾਣੀ ਹੀ ਜਿਹੜੀ ਪੂਰੀ ਮਾਤਰਾ ਦੇ ਵਿੱਚ ਪੀਂਦੇ ਨੇ, ਜਿੰਨੀ ਸਾਡੀ ਲੋੜੀਂਦੀ ਮਾਤਰਾ ਦੇ ਵਿੱਚ ਸਾਡੀ ਸਕਿਨ ਨੂੰ ਜਿਹੜੀ ਚਮੜੀ ਨੂੰ ਸਾਡੀ ਨੂੰ ਚਾਹੀਦਾ ਉਹੀ ਨਹੀਂ ਪੂਰਾ ਲੈਂਦੇ ਤਾਂ ਜਿਹੜੀਆਂ ਇਹ ਸਮੱਸਿਆਵਾਂ ਇੱਕ ਆਉਣੀਆਂ ਬਹੁਤ ਆਮ ਗੱਲ ਆ ਜੀ। ਅੱਛਾ, ਫਿਰ ਜਿਹੜੇ ਵਾਲ ਝੜਨ ਕਿਉਂ ਲੱਗ ਜਾਂਦੇ ਨੇ ਜੀ, ਸਭ ਤੋਂ ਵੱਡਾ ਕਾਰਨ ਤੁਹਾਡੇ ਪ੍ਰੈਕਟਿਸ ਦੇ ਵਿੱਚੋਂ ਕੀ ਨਿਕਲ ਕੇ ਆਏ ਕਿ ਵਾਲ ਜਿਹੜੇ ਝੜਦੇ ਬਹੁਤ ਨੇ? ਬਹੁਤ ਸਾਰੇ ਲੋਕ ਤਾਂ ਜਿਹੜੇ ਗੰਜੇ ਨੇ, ਮਜ਼ਾਕ ਦੇ ਵਿੱਚ ਕਹਿ ਦਿੰਦੇ ਨੇ ਲੋਕ ਉਹਨਾਂ ਨੂੰ ਵੀ ਲੋ ਜੀ ਜੇ ਗੰਜ ਪੈ ਗਿਆ ਤਾਂ ਇਹ ਤਾਂ ਪੈਸੇ ਦੀ ਅਮੀਰੀ ਦੀ ਨਿਸ਼ਾਨੀ ਹੈ। ਦੇਖੋ ਉਹ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਦੋਂ ਤੁਹਾਡੇ ਲੀਵਰ ਦੇ ਵਿੱਚ ਗਰਮੀ ਹੋ ਜਾਣੀ ਆ ਉਹਨੇ ਤੁਹਾਡੀ ਸਕਿਨ ਆ ਜਿਹੜੀ ਉਹ ਖੁਸ਼ਕ ਕਰ ਦੇਣੀ ਆ, ਉਹਨੂੰ ਤਰਨ ਨਹੀਂ ਰਹਿਣੀ, ਉਹਦੇ ਵਿੱਚ ਨਮੀ ਨਹੀਂ ਰਹਿਣੀ। ਜਦੋਂ ਸਕਿਨ ਤੁਹਾਡੀ ਖੁਸ਼ਕ ਹੋ ਗਈ, ਉਹਦੇ ਵਿੱਚ ਨਮੀ ਨਹੀਂ ਰਹੀ, ਉਹ ਤਰਨਾ ਰਹੀ, ਤਾਂ ਦੇਖੋ ਉਹ ਜਿਹੜੀ ਵਾਲਾਂ ਨੂੰ ਖੁਰਾਕ ਮਿਲਣੀ ਆ ਉੱਥੋਂ ਖੁਰਾਕ ਮਿਲਣੀ ਬੰਦ ਹੋ ਜਾਣੀ ਆ। ਜਦੋਂ ਖੁਰਾਕ ਹੀ ਮਿਲਣੀ ਬੰਦ ਹੋ ਗਈ, ਤੁਸੀਂ ਇੱਕ ਬੂਟੇ ਦੇ ਵਿੱਚ ਪਾਣੀ ਪਾਉਣਾ ਬੰਦ ਕਰ ਦਿਓ, ਮੰਨ ਲਓ ਨੋਰਮਲ ਬੂਟਾ ਤੁਸੀਂ ਲਾਇਆ ਉਹ 'ਚ ਪਾਣੀ ਪਾਉਣਾ ਬੰਦ ਕਰ ਦਿਓ, ਥੋੜ੍ਹੇ ਦਿਨ ਹੌਲੀ 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 ਕਰਕੇ ਉਹ ਸੁੱਕ ਜੂਗਾ। ਸੇਮ ਉਹੀ ਕੰਮ ਹੈਗਾ ਸਾਡੇ ਵਾਲਾਂ ਦਾ, ਜਦੋਂ ਤੁਸੀਂ ਉਹਨੂੰ ਘਟੀਆ ਤੋਂ ਘਟੀਆ ਆਪਣੇ ਲੀਵਰ ਨੂੰ ਖੁਰਾਕ ਦਿਓਗੇ ਤਾਂ ਉਹਦੀ ਪੂਰੀ ਪਰਵਰਿਸ਼ ਨਹੀਂ ਕਰੋਗੇ, ਤਾਂ ਆਪਣੇ ਵਾਲਾਂ ਨੂੰ ਘਟੀਆ ਤੋਂ ਘਟੂਆ ਜਿਹੜੇ ਬਾਲ ਕੈਮੀਕਲ ਭਰਪੂਰ ਸ਼ੈਂਪੂ ਦਿਓਗੇ ਤਾਂ ਉਹ ਜਿਹੜੀ ਉਹਨਾਂ ਦੀ ਜ਼ਿੰਦਗੀ ਆ ਲਾਈਫ ਆ ਉਹ ਘਟਣੀ ਸ਼ੁਰੂ ਹੋ ਜੂਗੀ ਦਿਨ ਪਰ ਦਿਨ। ਬਹੁਤ ਲੋਕ ਕਹਿੰਦੇ ਨੇ ਸਾਡੇ ਜੀ ਵਾਲ ਝੜਕੇ ਇੰਨੇ ਕਰਿਆ ਕਿ ਸਵੇਰ ਨੂੰ ਅਸੀਂ ਕੰਘਾ ਕਰਦੇ ਹਾਂ ਤਾਂ ਉਹ ਕੰਘੇ ਦੇ ਵਿੱਚ ਵਾਲ ਬਹੁਤ ਆ ਜਾਂਦੇ ਨੇ। ਉਹਨਾਂ ਦਾ ਮੇਨ ਕਾਰਨ ਇਹ ਹੈ ਵੀ ਤੁਹਾਡੇ ਵਾਲ ਜਿਹੜੇ ਹੈਗੇ ਆ ਤੰਦਰੁਸਤ ਰਹਿਣ, ਇਸ ਕਰਕੇ ਵੀ ਤੁਹਾਡਾ ਲਿਵਰ ਜਿਹੜਾ ਸਭ ਤੋਂ ਪਹਿਲਾਂ ਪਰਫੈਕਟ ਹੋਣਾ ਚਾਹੀਦਾ, ਤੰਦਰੁਸਤ ਹੋਣਾ ਚਾਹੀਦਾ। ਜਿਹੜੇ ਫਿਰ ਵਾਲ ਸਫੈਦ ਹੋ ਜਾਂਦੇ ਨੇ ਜੀ ਉਮਰ ਤੋਂ ਪਹਿਲਾਂ, ਚਲੋ ਇੱਕ ਤਾਂ ਉਮਰ ਦੇ ਨਾਲ ਹੋਣੇ ਨੇ, ਇੱਕ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਮੁੰਡਿਆਂ ਦੇ ਕੁੜੀਆਂ ਦੇ ਸਾਡੀਆਂ ਭੈਣਾਂ ਦੇ ਜਿਹੜੇ ਵਾਲ ਸਫੈਦ ਹੋ ਗਏ, ਉਹਨਾਂ ਦਾ ਹੱਲ ਇਸ ਤੇਲ ਦੇ ਵਿੱਚ ਹੈ? ਤੁਹਾਡਾ ਤੁਸੀਂ ਕਹਿ ਰਹੇ ਬੜਾ ਜਾਦੂਈ ਤੇਲ ਹੈ। ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਵੀ ਵਾਲ ਚਿੱਟੇ ਕਦੋਂ ਹੁੰਦੇ ਨੇ? ਬੁਢਾਪਾ, ਬੁਢਾਪਾ ਕਦੋਂ ਆਉਂਦਾ? ਜਦੋਂ ਸਰੀਰ ਸਾਡਾ ਘਸਣਾ ਸ਼ੁਰੂ ਹੋ ਗਿਆ ਤਾਂ ਸਾਡਾ ਸਰੀਰ ਇੱਕ ਤਰ੍ਹਾਂ ਦਾ ਕਹਿ ਲਓ ਵੀ ਅੰਤਿਮ ਦੌਰ ਦੇ ਵਿੱਚ ਗੁਜ਼ਰ ਰਿਹਾ ਹੁੰਦਾ। ਉਹ ਕਦੋਂ ਉਧਰਦਾ? ਜਦੋਂ ਸਾਡੀ ਸਰੀਰ ਦੀ ਮਸ਼ੀਨਰੀ ਆ ਜਿਹੜੀ ਉਹ ਕੰਮ ਘੱਟ ਕਰਨ ਲੱਗੀ ਹੈ। ਇਸੇ ਸੇਮ ਇਹੀ ਕੰਮ ਆ ਜਵਾਨੀ ਦਾ, ਜਦੋਂ ਅਸੀਂ ਜਵਾਨੀ ਦੇ ਵਿੱਚ ਮਾੜੀ ਖੁਰਾਕ ਖਾਵਾਂਗੇ ਤਾਂ ਉਹ ਮਾੜੀ ਖੁਰਾਕ ਸਾਨੂੰ ਬੁਢਾਪੇ ਵੱਲ
ਲੈ ਕੇ ਜਾਊਗੀ ਤਾਂ ਸਾਡੇ ਸਰੀਰ ਦੇ ਜਿਹੜੇ ਅੰਗ ਪੈਰ ਆ ਉਹ ਸਾਰੇ ਕਮਜ਼ੋਰ ਹੋਣਗੇ ਤਾਂ ਉਹ ਬਾਹਰ ਵੀ ਇੱਕ ਤਰ੍ਹਾਂ ਦਾ ਬੁਢਾਪਾ ਦੇਖਣ ਲੱਗ ਜਾਂਦਾ। ਉਹਦਾ ਕੰਮ ਮੇਨ ਜਿਹੜਾ ਹੈਗਾ ਘਾਟ ਕੀ ਆ ਵੀ ਨਿਊਟ੍ਰੀਸ਼ਨ ਦੀ ਜਿਹੜੀ ਡੈਫੀਸ਼ੈਂਸੀ ਆ, ਤੁਸੀਂ ਆਪਣੇ ਸਰੀਰ ਨੂੰ ਖਾਣਾ ਕਿਹੋ ਜਿਹਾ ਦੇ ਰਹੇ ਹੋ ਸੇਮ ਉਹ ਚੀਜ਼ 'ਤੇ ਮੈਟਰ ਕਰਦਾ ਜੀ। ਵਾਲਾਂ ਦੇ ਜਿਹੜਾ ਤੇਲਾਂ ਦੇ ਵਿੱਚੋਂ ਗੱਲ ਕਰੀਏ, ਜੇਕਰ ਵਾਲਾਂ ਲਈ ਸਭ ਤੋਂ ਬਿਹਤਰੀਨ ਤੇਲ ਦੁਨੀਆ ਦਾ ਕਿਹੜਾ, ਡਾਕਟਰ ਸਾਹਿਬ ਤੁਹਾਡੇ ਮੁਤਾਬਕ? ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਵਾਲਾ ਜਾਦੂਈ ਤੇਲ ਵਾਲਾ ਨੁਸਖਾ ਤੁਹਾਡਾ ਅਸੀਂ ਲਈਏ, ਵਾਲਾਂ ਲਈ ਸਭ ਤੋਂ ਬਿਹਤਰੀਨ ਤੇਲ ਕਿਹੜਾ? ਵਾਸਤੇ ਸਭ ਤੋਂ ਬਿਹਤਰੀਨ ਜਿਹੜਾ ਤੇਲ ਹੈ, ਇਸ ਤੋਂ ਉੱਪਰ ਕੋਈ ਤੇਲ ਨਹੀਂ, ਸਰ੍ਹੋਂ ਦੇ ਤੇਲ ਤੋਂ ਉੱਪਰ ਕੋਈ ਤੇਲ ਨਹੀਂ ਹੈਗਾ ਦੁਨੀਆ 'ਤੇ ਅੱਜ ਤੱਕ ਬਣਿਆ। ਸਾਡੇ ਬਜ਼ੁਰਗ ਅੱਜ ਤੋਂ 100-100 ਸਾਲ ਪਹਿਲਾਂ ਪਿੱਛੇ ਨਿਗਾਹ ਮਾਰ ਕੇ, ਸਾਡੇ ਦਾਦਿਆਂ 'ਤੇ ਪੜਦਾਦਿਆਂ 'ਤੇ ਆਪਾਂ ਆਪਣਿਆਂ 'ਤੇ ਨਿਗਾਹ ਮਾਰ ਕੇ ਦੇਖੀਏ ਵੀ ਉਹ ਕਿਹੜਾ ਤੇਲ ਵਰਤਦੇ ਸੀਗੇ ਸਰ੍ਹੋਂ ਦਾ। ਅੱਜ ਕੱਲ੍ਹ ਸਾਨੂੰ ਸਿਰਫ ਸਾਡੇ ਦਿਮਾਗਾਂ ਨਾਲ ਛੇੜਛਾੜ ਕਰਕੇ ਸਾਨੂੰ ਭੜਕਾਇਆ ਜਾ ਰਿਹਾ ਵੀ ਹਾਂ ਆਹ ਪੈਕਿੰਗ ਕਰਕੇ ਵਧੀਆ ਇਹ ਤੇਲ ਹੈ, ਇਹ ਹੈਗਾ ਇਹ ਹੈਗਾ। ਸਾਨੂੰ ਸਰ੍ਹੋਂ ਦਾ ਤੇਲ ਖਾਣਾ ਵੀ ਸਾਡਾ ਜਿਹੜਾ ਹੈਗਾ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹ ਬੰਦ ਕੀਤਾ ਵੀ ਨਾ ਇਹ ਨੁਕਸਾਨ ਕਰਦਾ। ਜਦੋਂ ਸਰ੍ਹੋਂ ਦਾ ਤੇਲ ਲੋਕ ਖਾਂਦੇ ਸੀਗੇ ਉਦੋਂ 100-100 ਸਾਲ ਕਿਉਂ ਜਿਉਂਦੇ ਸੀਗੇ, ਹੁਣ 50 ਸਾਲ 'ਤੇ ਕਿਉਂ ਅਟੈਕ ਆ ਜਿਹੜੇ ਦੌਰੇ ਆ ਰਹੇ ਆ? ਤਾਂ ਉਹਦਾ ਕਾਰਨ ਸੀ ਜਿਹੜਾ ਕੀ ਹੈ ਵੀ ਸਾਨੂੰ ਬਿਮਾਰੀਆਂ ਦੇ ਵੱਲ ਆਪ ਖੁਦ ਸਾਨੂੰ ਧਕੇਲਿਆ ਜਾਂਦਾ ਸਾਡੇ ਦਿਮਾਗਾਂ ਦੇ ਨਾਲ ਖੇਡ ਕੇ, ਸਾਡੇ ਦਿਮਾਗਾਂ ਨੂੰ ਵਰਤ ਕੇ। ਅਤੇ ਲੋਕ ਉਹ ਚੀਜ਼ਾਂ ਨੂੰ ਫੋਲੋ ਜ਼ਿਆਦਾ ਕਰਦੇ ਨੇ, ਚਮਕਦੀਆਂ ਚੀਜ਼ਾਂ 'ਤੇ ਜਿਹੜਾ ਲੋਕ ਸਾਡੇ ਜ਼ਿਆਦਾ ਟੁੱਲਦੇ ਨੇ ਜੀ। ਅੱਛਾ, ਅਤੇ ਫਿਰ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਆਖਰ ਦੇ ਵਿੱਚ, ਅਸੀਂ ਜਿਹੜਾ ਨੁਸਖਾ ਹੈਗਾ, ਫਾਰਮੂਲਾ ਹੈਗਾ ਜਾਦੂਈ ਤੇਲ ਵਾਲਾ, ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਰਾਤੋਂ ਰਾਤ ਇਹ ਤੇਲ ਜੇਕਰ ਅਸੀਂ ਬਣਾ ਲਈਏ ਤਾਂ ਤੁਹਾਡੇ ਵਾਲਾਂ ਨੂੰ ਫਰਕ ਪੈਣਾ ਰਾਤੋਂ ਰਾਤ ਸ਼ੁਰੂ ਹੋ ਜਾਏਗਾ, ਅਸੀਂ ਇਹ ਵੀ ਦੱਸਾਂਗੇ। ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ, ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸ ਦਿਓ ਕਿ ਵਾਲਾਂ ਦੀ ਸੰਭਾਲ ਸਭ ਤੋਂ ਬਿਹਤਰੀਨ ਅੰਦਾਜ਼ ਕਿਹੜਾ ਹੈ? ਚੰਗੀ ਖੁਰਾਕ ਹੈ, ਚੰਗਾ ਤੇਲ ਹੈ, ਚੰਗੀ ਰਹਿਣ ਸਹਿਣ ਹੈ, ਕਸਰਤ ਹੈ, ਕਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਮੈਟਰ ਕਰਦੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ ਆਹਾਰ ਕਿੱਦਾਂ ਦਾ ਹੈਗਾ, ਵੀ ਤੁਸੀਂ ਖਾਣਾ ਕਿੱਦਾਂ ਦਾ ਖਾਂਦੇ ਹੋ, ਫਿਰ ਤੁਸੀਂ ਤੁਹਾਡਾ ਦੂਜਾ ਨੰਬਰ ਉਹਨੂੰ ਪਹੁੰਚਾਉਂਦੇ ਵੀ ਹੈਗੇ ਹੋ ਕਿ ਨਹੀਂ ਹੈਗੇ, ਤੀਜਾ ਨੰਬਰ ਤੁਸੀਂ ਆਪਣੇ ਵਾਲਾਂ ਦੀ ਸਾਫ਼ ਸਫਾਈ ਕਿੰਨੀ ਕੁ ਰੱਖਦੇ ਹੋ ਹੈਗੇ। ਅੱਜ ਕੱਲ੍ਹ ਲੋਕਾਂ ਕੋਲ ਟਾਈਮ ਹੀ ਨਹੀਂ ਹੈਗਾ, ਗਰਮੀ ਦੇ ਵਿੱਚ ਤੁਸੀਂ ਕਹਿ ਲਓ ਵੈਸੇ ਹੀ ਪਸੀਨਾ ਆ ਕੇ ਫੰਗਸ ਹੋ ਜਾਂਦੀ ਹੈ, ਵੀ ਸਫਾਈ ਕਰਨ ਨੂੰ ਟਾਈਮ ਨਹੀਂ। ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਖੱਟੀਆਂ ਲੱਸੀਆਂ ਦੇ ਨਾਲ, ਦਹੀਆਂ ਦੇ ਨਾਲ ਨਹਾਉਂਦੇ ਸੀਗੇ, ਅੱਜ ਕੱਲ੍ਹ ਦੇ ਜਵਾਕਾਂ ਨੂੰ ਉਹਨਾਂ 'ਚੋਂ ਸਮੈਲ ਮਾਰਦੀ ਹੈ, ਮੁਸ਼ਕ ਆਉਂਦਾ ਜੀ, ਅਤੇ ਉਹ ਤੁਸੀਂ ਦੇਖੋ ਵੀ ਕਿੰਨੀਆਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਵਾਲਾਂ ਨੂੰ, ਸਾਡੇ ਸਰੀਰ ਨੂੰ, ਸਾਡੀ ਚਮੜੀ ਨੂੰ ਨਿਖਾਰ ਕੇ ਰੱਖਦੀਆਂ ਸੀਗੀਆਂ। ਤੁਸੀਂ ਇਹ ਕਹਿ ਲਓ ਵੀ ਅੱਜ ਕੱਲ੍ਹ ਲੋਕ ਵੱਧ ਤੋਂ ਵੱਧ ਡਾਕਟਰ ਵੀ, ਤੁਸੀਂ ਸਕਿੰਨ ਵਾਲੇ ਡਾਕਟਰ ਕੋਲ ਜਾਓਗੇ ਤੁਹਾਨੂੰ ਕੀ ਦਊਗਾ? ਤੁਹਾਨੂੰ ਸ਼ੈਂਪੂ ਦਊਗਾ ਜਾਂ ਤੁਹਾਨੂੰ ਤੇਲ ਲਗਾਉਣ ਨੂੰ ਜਾਂ ਕੁਛ ਵੀ ਇਹੋ ਜਿਹਾ ਪ੍ਰੋਡਕਟ ਦੇ ਦੂਗਾ ਵੀ ਹਾਂ ਐਂਟੀ ਫੰਗਸ ਹੋ ਗਿਆ ਜਾਂ ਐਂਟੀ ਫੰਗਸ ਗੋਲੀ ਹੋ ਗਈ। ਉਹਨੇ ਇਹ ਨਹੀਂ ਕਦੇ ਵੀ ਦੇਖਣਾ ਵੀ ਇਹ ਹੋਇਆ ਕਿਉਂ, ਇਹਦਾ ਕਾਰਨ ਕੀ ਸੀ, ਇਹ ਸਮੱਸਿਆ ਪੈਦਾ ਕਿੱਥੋਂ ਹੋਈ। 99% ਜਿਹੜੀਆਂ ਸਕਿੰਨ ਦੀਆਂ ਬਿਮਾਰੀਆਂ ਉਹ ਲੀਵਰ ਤੋਂ ਸ਼ੁਰੂ ਹੁੰਦੀਆਂ ਨੇ, ਨਾ ਕਿ ਚਮੜੀ ਤੋਂ। ਚਮੜੀ ਦੇ ਵਿੱਚ ਬਾਅਦ ਦੇ ਵਿੱਚ ਜਾ ਕੇ ਇਨਫੈਕਸ਼ਨ ਹੁੰਦੀ ਹੈ, ਪਹਿਲਾਂ ਤੁਹਾਡੇ ਲੀਵਰ ਦੇ ਵਿੱਚ ਗਰਮੀ ਦੀ ਜਿਹੜੀ ਹੈਗੀ ਆ ਮਾਤਰਾ ਉਹ ਦੇਖਣੀ ਪੈਂਦੀ ਹੈ ਵੀ ਕਿੰਨੀ ਕੁ ਜ਼ਿਆਦਾ ਵਧੀ ਹੋਈ ਆ। ਉਹ ਤੁਹਾਡੇ ਲੀਵਰ ਨੂੰ, ਲੀਵਰ ਦੀ ਗਰਮੀ ਤੁਹਾਡੀ ਸਕਿੰਨ ਨੂੰ ਜਿਹੜੀ ਖਰਾਬ ਕਰਦੀ ਹੈ। ਅੱਛਾ ਡਾਕਟਰ ਸਾਹਿਬ, ਬਹੁਤ ਵਾਰ ਹੁੰਦਾ ਜੀ ਕਿ ਸਾਰਾ ਸਿਰ ਸਾਡਾ ਕਾਲਾ, ਵਾਈਟ ਵਾਈਟ ਸਪੋਟ ਹੋ ਗਏ ਸਫੈਦ ਵਾਲਾਂ ਦੇ, ਕੋਈ ਸੱਜੇ ਪਾਸੇ ਕੋਈ ਖੱਬੇ ਪਾਸੇ, ਜ਼ਿਆਦਾਤਰ ਬਿਲਕੁਲ ਮੱਥੇ ਦੇ ਉੱਪਰ ਸਾਡੀਆਂ ਭੈਣਾਂ ਦੇ, ਉਹ ਸਪੋਟ ਬੜੇ ਡਿਸਟਰਬ ਕਰਦੇ ਨੇ, ਬੜੇ ਔਕਵਰਡ ਹੁੰਦਾ, ਸਾਰਾ ਵਾਲ ਜਿਹੜੇ ਕਾਲੇ ਹੁੰਦੇ ਨੇ ਅਤੇ ਇੱਕ ਥਾਂ 'ਤੇ ਖਾਸ ਕਰਕੇ 20-50-100 ਵਾਲ ਹੈ ਜਿਹੜਾ ਉਹ ਸਫੈਦ ਹੋ ਜਾਂਦਾ, ਉਹਦਾ ਕੋਈ ਸਪੈਸੀਫਿਕ ਰੀਜ਼ਨ? ਉਹਦਾ ਦੇਖੋ ਕਾਰਨ ਮੇਨ ਇਹ ਹੈ ਵੀ ਤੁਹਾਡੇ ਰੋਮ ਆ ਜਿਹੜੇ ਉਹ ਕਿੰਨੇ ਕੁ ਖੁੱਲ੍ਹੇ ਹੈਗੇ ਆ, ਕਿੰਨੇ ਕੁ ਡੈੱਡ ਹੋ ਗਏ। ਤੁਸੀਂ ਇਹ ਕਹਿ ਲਓ ਵੀ ਕਿਤੇ ਜਾ ਕੇ ਤੁਸੀਂ ਤੁਹਾਡੇ ਰੋਮ ਜਦੋਂ ਬੰਦ ਹੋ ਗਏ, ਉੱਥੇ ਨਰਿਸ਼ਮੈਂਟ ਜਿਹੜੀ ਹੋਣੀ, ਲੁਬਰੀਕੇਸ਼ਨ ਹੋਣੀ ਜਿਹੜੀ ਬੰਦ ਹੋ ਗਈ, ਤਾਂ ਨਮੀ ਬੰਦ ਹੋ ਗਈ, ਉੱਥੇ ਜਾ ਕੇ ਤੁਸੀਂ ਕਿਸੇ ਨਾ ਕਿਸੇ ਦੀ ਤਰ੍ਹਾਂ ਦੀ ਫਿਰ ਡੈਫੀਸ਼ੈਂਸੀ ਜਿਹੜੀ ਆਉਂਦੀ ਹੈਗੀ ਹੈ ਜੀ। ਜਾਂ ਉੱਥੇ ਆਪਣੇ ਲੋਕ ਅੱਜ ਕੱਲ੍ਹ ਬਹੁਤ ਦੇਖਿਆ ਤੁਸੀਂ ਇੱਕ ਛੱਲਾ ਬਣ ਜਾਂਦਾ ਗੋਲ ਧਾਰਾ ਬਹੁਤ ਜ਼ਿਆਦਾ, ਜਿਹਨੂੰ ਕਹਿ ਦਿੰਦੇ ਹਾਂ ਵੀ ਕੀੜਾ ਲੱਗ ਗਿਆ, ਆਪਾਂ ਉਹਦਾ ਹੱਲ ਦੱਸਾਂਗੇ ਵੀ ਉਹ ਕੀੜੇ ਤੋਂ ਤੁਸੀਂ ਕਿਵੇਂ ਬਚਾ ਸਕਦੇ ਹੋ, ਤੁਸੀਂ
ਫਿਕਰੀ ਤੋਂ ਕਿਵੇਂ ਬਚ ਸਕਦੇ ਹੋ, ਤੁਸੀਂ ਫੰਗਸ ਤੋਂ ਕਿਵੇਂ ਬਚ ਸਕਦੇ ਹੋ, ਜਾਂ ਤੁਹਾਡੇ ਵਾਲਾਂ 'ਚ ਜਿਹੜੀ ਲਾਲੀ ਬਹੁਤ ਆਉਂਦੀ ਅੱਜ ਕੱਲ੍ਹ ਚਮੜੀ ਦੇ ਵਿੱਚ, ਉਸ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ ਜੀ? ਕੀ ਨੁਸਖਾ ਫਾਰਮੂਲਾ ਜੀ ਫਿਰ ਆਖਰ ਦੇ ਵਿੱਚ ਸਾਨੂੰ ਸਮਝਾ ਦਿਓ? ਸਭ ਤੋਂ ਪਹਿਲਾਂ ਤਾਂ ਲੈਣਾ ਆਪਾਂ ਨੇ ਨਿੰਮ ਦਾ ਤੇਲ, ਨਿੰਮ ਦੀ ਗਿਰੀ ਦਾ ਤੇਲ ਲੈਣਾ ਜੀ ਆਪਾਂ ਜੀ। ਹਾਂਜੀ, ਨਿੰਮ ਦੀ ਗਿਰੀ, ਨਿੰਮ ਦੀ ਗਿਰੀ, ਨਿੰਮ ਦੀ ਗਿਰੀ ਦਾ ਤੇਲ ਵੀ ਨਿਕਲਦਾ, ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ। ਨਮੋਲੀਆਂ ਜਿਹਨੂੰ ਕਹਿ ਦਿੰਦੇ ਸੀ ਆਪਾਂ, ਸਾਡੇ ਬਜ਼ੁਰਗ ਪੁਰਾਣੇ ਕੱਚੀਆਂ ਚੱਬ ਚੱਬ ਕੇ ਖਾ ਜਾਂਦੇ ਸੀ, ਉਹਨਾਂ ਨੂੰ ਕੋਈ ਚਮੜੀ ਦਾ ਰੋਗ ਨਹੀਂ ਸੀ ਹੁੰਦਾ, ਇੰਨੀ ਕਮਾਲ ਦੀ ਚੀਜ਼ ਸੀਗੀ ਨਿੰਮ ਦੀ ਗਿਰੀ ਦਾ ਤੇਲ। ਅਤੇ ਇਹ ਐਕਸਟਰਾ ਵਰਜਨ ਜਿਹੜਾ ਅੱਜ ਕੱਲ੍ਹ ਮਾਡਰਨ ਲੋਕਾਂ ਨੇ ਸੁਣਿਆ ਹੋਇਆ, ਕੋਕੋਨਟ ਦਾ ਵਾਇਲ, ਹੋਪੇ ਦਾ ਤੇਲ ਜਿਹੜਾ ਹੈਗਾ, ਇਹ ਜੰਮਦਾ ਨਹੀਂ ਹੈਗਾ, ਜਿਹੜਾ ਐਕਸਟਰਾ ਵਰਜਨ ਹੈਗਾ ਤੇਲ, ਇਹ ਕੋਈ ਕਿਸੇ ਨੂੰ ਇਹਨੂੰ ਗਰਮ ਕਰਕੇ ਨਹੀਂ ਕੱਢਿਆ ਜਾਂਦਾ, ਇਹ ਸਿਰਫ ਨੋਰਮਲੀ ਉਹਦੀ ਕਹਾਣੀ ਕੱਢ ਦਿੱਤੀ ਜਾਂਦੀ ਹੈ। ਹਾਂਜੀ, ਤਾਂ ਉਸ ਤੋਂ ਬਾਅਦ ਆ ਗਿਆ ਕਲੌਂਜੀ ਦਾ ਤੇਲ। ਕਲੌਂਜੀ ਤੁਸੀਂ ਇਹ ਕਹਿ ਲਓ ਵੀ ਹਜ਼ਾਰ ਮਰਜ਼ਾਂ ਦੀ, ਹਜ਼ਾਰ ਬਿਮਾਰੀਆਂ ਦੀ ਇੱਕ ਦਵਾਈ ਹੈ ਜਿਹੜੀ ਕਲੌਂਜੀ ਹੈ। ਤੁਸੀਂ ਕੀ ਕਰਨਾ, ਆ ਰੀਠਾ, ਰੀਠੇ ਨੇ ਪੁਰਾਣੇ ਸਮੇਂ ਦੇ ਵਿੱਚ ਮਾਈਆਂ ਰੀਠੇ ਦੇ ਨਾਲ, ਰੀਠੇ ਦੇ ਪਾਊਡਰ ਚੂਰਨ ਬਣਾ ਕੇ ਉਹਦੇ ਨਾਲ ਸਿਰ ਧੋਂਦੀਆਂ ਹੁੰਦੀਆਂ ਸੀ, ਬਹੁਤ ਬਜ਼ੁਰਗਾਂ ਨੂੰ ਇਹ ਪਤਾ ਹੁੰਦਾ। ਕੱਪੜਿਆਂ ਦੀ ਸਫਾਈ 'ਚ ਵੀ ਕੰਮ ਆਉਂਦਾ ਜੀ, ਕੱਪੜਿਆਂ ਦੀ ਸਫਾਈ 'ਚ, ਇੰਨਾ ਮਤਲਬ ਦੇਖੋ ਕਿੰਨੀ ਕਮਾਲ ਦੀ ਚੀਜ਼ ਆ, ਹੈ ਨਾ। ਅਤੇ ਇਹ ਆ ਜੀ ਫੈਨੋਗ੍ਰੀਕ ਸੀਡ ਕਹਿ ਦਿੰਦੇ ਹਾਂ, ਜਿਹਨੂੰ ਆਪਾਂ ਮੇਥੀ ਦਾਣਾ, ਮੇਥੀ ਮੇਥੇ ਜਿਹੜੇ ਹੈਗੇ ਆ ਉਹ ਸਾਡਾ ਉਹ ਲੈਣੇ ਆ। ਤੁਸੀਂ ਕੀ ਕਰਨਾ, ਤੁਸੀਂ ਸਿਰਫ ਕਰਨਾ ਕੀ ਆ, ਇਹਨਾਂ ਦਾ ਦੋਹਾਂ ਦੇ ਵਾਸਤੇ ਕੰਮ ਆਉਣਗੇ ਇਹ। ਤੁਸੀਂ ਵਾਲਾਂ ਦੀ ਸਿੱਕਰੀ ਹੋਵੇ ਜੀ, ਵਾਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋਵੇ, ਜਾਂ ਜਿਸੇ 'ਤੇ ਕੀੜਾ ਲੱਗਿਆ ਹੋਇਆ, ਜਾਂ ਜਿਹਦੇ ਵਾਲ ਬਹੁਤ ਜ਼ਿਆਦਾ ਨਜਾਇਜ਼ ਝੜ ਰਹੇ ਆ, ਉਹਨਾਂ ਵਾਸਤੇ ਬਹੁਤ ਕਾਰਗਰ ਚੀਜ਼ਾਂ। ਪਰ ਨਾਲ ਤੁਹਾਡੀ ਜਿਹੜੀ ਖੁਰਾਕ ਹੈ ਉਹ ਬਹੁਤ ਕਮਾਲ ਹੋਣੀ ਚਾਹੀਦੀ ਆ, ਸ਼ੁੱਧ ਹੋਣੀ ਚਾਹੀਦੀ ਆ, ਬਾਹਰਲਾ ਖਾਣਾ ਨਹੀਂ ਹੋਣਾ ਚਾਹੀਦਾ, ਕਸਰਤ ਨਾਲ ਹੋਣੀ ਚਾਹੀਦੀ ਹੈ। ਤੁਸੀਂ ਲਗਭਗ ਅੱਧਾ ਲੀਟਰ ਤੁਸੀਂ ਲੈ ਲਓ ਜਿਹੜੀ ਨਿੰਮ ਦੀ ਗਿਰੀ ਦਾ ਤੇਲ ਲੈ ਲੈਣਾ ਪਿਓਰ ਤੁਸੀਂ, ਤਾਂ ਉਹਦੇ ਵਿੱਚ 100 ਕੁ ਗ੍ਰਾਮ ਤੁਸੀਂ ਪਾ ਲੈਣਾ ਜਿਹੜਾ ਮੇਥੀ ਦਾਣਾ ਪਾ ਲੈਣਾ, ਤਾਂ 100 ਕੁ ਗ੍ਰਾਮ ਇਹ ਪਾ ਲੈਣੇ ਆ ਰੀਠੇ ਜੀ ਉਹਦੇ ਵਿੱਚ। ਉਹਨੂੰ ਚੰਗੀ ਤਰ੍ਹਾਂ 4-5 ਵਾਲੀਆਂ ਮਿੱਠੀ ਜਿਹੀ ਅੱਗ 'ਤੇ ਉਬਾਲ ਕੇ ਰੱਖ ਲੈਣਾ। ਉਹ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਨਾ ਤੁਸੀਂ ਖੋਪੇ ਦਾ ਤੇਲ ਜਿਹਨੂੰ ਕਹਿ ਦਿੰਦੇ ਆ, ਉਸ ਤੋਂ ਬਾਅਦ ਫਿਰ ਨਾਲ ਇਹਦੇ ਵਿੱਚ ਤੁਸੀਂ ਕਰਨਾ ਕਲੌਂਜੀ ਦਾ ਤੇਲ ਮਿਕਸ। ਉਸ ਤੋਂ ਬਾਅਦ ਤੁਸੀਂ ਬਾਜ਼ਾਰੋਂ, ਤੁਸੀਂ ਪੰਸਾਰੀ ਦੀ ਦੁਕਾਨ ਤੋਂ ਮਿਲ ਜੂਗਾ ਤੁਹਾਨੂੰ ਭੀਮ ਸੈਣੀ ਮੁਸ਼ਕਪੂਰ, ਨੋਰਮਲ ਮੁਸ਼ਕਪੂਰ ਨਹੀਂ ਲੈਣਾ, ਭੀਮ ਸੈਣੀ ਮੁਸ਼ਕਪੂਰ ਲੈਣਾ। ਇਹ ਰਗੜ ਕੇ ਇਹਦੇ ਵਿੱਚ ਪਾ ਕੇ ਰੱਖ ਲੈਣਾ, ਇਸ ਤੋਂ ਬਾਅਦ ਇਹਨੂੰ ਕੱਪੜ ਛਾਣ ਕਰ ਲੈਣਾ, ਕੱਪੜੇ 'ਚ ਛਾਣ ਕੇ ਰੱਖੋ, ਵਾਲਾਂ ਨੂੰ ਹਲਕਾ ਜਿਹਾ ਗਿੱਲਾ ਕਰੋ ਉਹਦੀਆਂ ਜੜ੍ਹਾਂ ਨੂੰ, ਤਾਂ ਉਸ ਤੋਂ ਬਾਅਦ ਤੇਲ ਲਗਾਓ, 2-4 ਘੰਟੇ ਲੱਗਿਆ ਰਹਿਣ ਦਿਉ, ਤਾਂ ਉਸ ਤੋਂ ਬਾਅਦ ਵਾਲ ਦਹੀਂ ਜਾਂ ਲੱਸੀ ਨਾਲ ਧੋ ਦਿਉ, ਜਾਂ ਤੁਸੀਂ ਰੀਠਿਆਂ ਦੇ ਸੁੱਕੇ ਰੀਠਿਆਂ ਨਾਲ ਵੀ ਧੋ ਸਕਦੇ ਹੋ। ਤਾਂ ਤੁਸੀਂ ਇਹ ਕਹਿ ਲਓ ਵੀ 2 ਦਿਨ ਦੇ ਵਿੱਚ ਜਿਹੜੀ ਤੁਹਾਡੀ ਖਾਰਸ਼ ਆ ਜਾਂ ਸਿੱਕਰੀ ਹੈ, ਤੁਹਾਨੂੰ ਉਹਦੇ ਵਿੱਚ ਮੋੜ ਦਿਖ ਜੂਗਾ ਵੀ ਕਿੰਨਾ ਜ਼ਿਆਦਾ ਆਜੂਗਾ, ਅਤੇ ਹਫ਼ਤੇ 10 ਦਿਨ ਦੇ ਵਿੱਚ ਵਾਲਾਂ ਦਾ ਝੜਨਾ ਜਿਹੜਾ ਉਹਦੇ ਵਿੱਚ ਵੀ ਮੋੜ ਦਿਖ ਜੂਗਾ, ਤੁਹਾਨੂੰ ਵੀ ਕਿੰਨਾ ਕੁ ਫਰਕ ਪੈ ਗਿਆ। ਮਤਲਬ ਜੇਕਰ ਰਾਤ ਨੂੰ ਬੰਦਾ ਇਹ ਤੇਲ ਅਪਲਾਈ ਕਰਕੇ ਪਵੇ ਆਪਣੇ ਵਾਲਾਂ ਦੇ ਉੱਤੇ, ਉਹਦੀ ਸਵੇਰੇ ਜਿਹੜੀ ਖਾਰਸ਼ ਹੁੰਦੀ ਆ, ਤਾਂ ਸਵੇਰ ਤੱਕ ਤੁਸੀਂ ਇਹ ਕਹਿ ਲਓ ਵੀ 60-70% ਉਹ ਗਾਇਬ ਹੋ ਜੂਗੀ ਇੱਕ ਰਾਤ ਦੇ ਵਿੱਚ, ਇੰਨਾ ਫਰਕ ਪੈ ਜਾਏਗਾ ਜੀ। ਜੀ ਜੀ ਅੱਛਾ, ਤੇ ਫਿਰ ਡਾਕਟਰ ਸਾਹਿਬ, ਜਿਹੜੇ ਲੋਕਾਂ ਨੂੰ ਬਹੁਤ ਸਾਰੀ ਦਿੱਕਤਾਂ ਹੈਗੀਆਂ ਨੇ, ਬਹੁਤਿਆਂ ਨੇ ਰਿੱਠੇ ਮਤਲਬ ਪਾਊਡਰ ਬਣਾ ਬਣਾ ਕੇ ਰਿੱਠਿਆਂ ਦਾ ਮਤਲਬ ਅਸੀਂ ਇਹ ਕਹਿ ਲਈਏ ਕਿ ਘਸਾ ਤੇ ਰੀਠੇ, ਘਸਾ ਤੇ ਨਿੰਮ ਦਾ ਤੇਲ ਲਾ ਲਾ ਕੇ, ਫਿਰ ਉਹਨਾਂ ਦਾ ਕੀ ਮਸਲਾ ਹੁੰਦਾ ਜੀ? ਇਹ ਆ ਜੀ ਵੀ ਤੁਸੀਂ ਰੀਠੇ ਨੂੰ ਜਾਂ ਕਿਹੜੀ ਚੀਜ਼ ਨੂੰ ਵਰਤ ਕਿਹੜੇ ਢੰਗ ਨਾਲ ਰਹੇ ਹੋ। ਹੁਣ ਤੁਸੀਂ ਐਵੇਂ ਘਸਾਈ ਜਾਓ, ਫਰਸ਼ 'ਤੇ ਕੋਈ ਚੀਜ਼ ਘਸਾਈ ਜਾਓ, ਹੁਣ ਇੱਕ ਕਮਰਾ ਅੰਦਰੋਂ ਗੰਦਾ ਹੋਇਆ ਹੋਇਆ, ਤੁਸੀਂ ਉਹਨੂੰ ਬਾਹਰੋਂ ਕੰਧਾਂ ਧੋਈ ਜਾਓ, ਤਾਂ ਅੰਦਰੋਂ ਥੋੜ੍ਹੀ ਸਾਫ਼ ਹੋ ਜੂਗਾ ਉਹ। ਅੰਦਰੋਂ ਸਾਫ਼ ਕਿਵੇਂ ਹੋਊਗਾ? ਅੰਦਰੋਂ ਸਾਫ਼ ਕਰਨਾ ਵੀ ਤੁਹਾਡਾ ਲੀਵਰ ਡਿਟੋਕਸ ਕਰਨਾ ਹੈ, ਤੁਹਾਡਾ ਕਿੰਨਾ ਕੁ ਜਿਹੜਾ ਮੇਦਾ ਗਰਮ ਹੈ, ਤੁਹਾਡਾ ਮਾਸ਼ਿਆ ਦੇ ਵਿੱਚ ਕਿੰਨਾ ਕੁ ਜਿਹੜਾ ਮਲ ਹੈ ਅੰਤੜੀ ਦੇ ਵਿੱਚ ਉਹ ਜੰਮਿਆ ਹੋਇਆ, ਫੰਗਸ ਉਹਦੇ ਵਿੱਚ ਕਿੰਨੀ ਜੰਮੀ ਹੋਈ ਹੈ, ਜਦ ਤੱਕ ਉਹ ਨਹੀਂ ਕਲੀਨ ਹੁੰਦੀ, ਜਦ ਤੱਕ ਜਿਹੜੀ ਚਮੜੀ ਤੁਹਾਡੀ ਸਾਫ਼ ਨਹੀਂ ਹੁੰਦੀ। ਮਤਲਬ ਜਦੋਂ ਤੱਕ ਸਾਡੇ ਇੰਟਰਨਲ ਜਿਹੜੀ ਸਾਡਾ ਕੋਲਨ ਜਿਹਨੂੰ ਕਹਿ ਲੈਂਦੇ ਹਾਂ ਅਸੀਂ, ਨਾੜਾਂ ਸਾਡੀਆਂ ਜਦੋਂ ਕਲੀਨ ਨਹੀਂ ਹੁੰਦੀਆਂ, ਉਦੋਂ ਤੱਕ ਵਾਲ ਝੜਦੇ ਰਹਿਣਗੇ, ਕੀੜਾ ਲੱਗਦਾ ਰਹੂਗਾ, ਚਮੜੀ 'ਤੇ ਰੁੱਖਾਪਨ ਆਉਂਦਾ ਰਹੂਗਾ, ਉਦੋਂ ਤੱਕ ਸਿੱਕਰੀ ਜਿਹੜੀ ਆਉਂਦੀ ਰਹੂਗੀ ਜੀ।
ਜੀ ਅੱਛਾ ਫਿਰ ਡਾਕਟਰ ਸਾਹਿਬ ਕਿੰਨੀ ਵਾਰ ਇਸਤੇਮਾਲ ਕਰਨਾ ਜਿਹੜਾ ਤੁਹਾਡਾ ਜਾਦੂਈ ਤੇਲ ਹੈਗਾ ਇਹ ਵਾਲਾ? ਤੁਸੀਂ ਇਹ ਦੇਖੋ, ਤੁਸੀਂ ਜਿਹੜਾ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਆਪਾਂ ਦੱਸੀਆਂ ਵੀ ਇਹਨਾਂ ਨੂੰ ਇਹ ਸਮੱਸਿਆਵਾਂ ਆ ਰਹੀਆਂ, ਇਹ ਤਾਂ ਤੁਸੀਂ ਮਹੀਨੇ ਦੋ ਮਹੀਨੇ ਦਾ ਇਸਤੇਮਾਲ ਕਰੋ ਲਗਾਤਾਰ ਜੀ। ਹਾਂਜੀ ਲਗਾਤਾਰ ਕਰੋ ਅਤੇ ਲਾ ਕੇ ਪੱਖੇ ਥੱਲੇ ਨਹੀਂ ਬੈਠਣਾ ਇਹਨੂੰ, ਸਰੀਰ ਦੇ ਵਿੱਚੋਂ ਗਰਮੀ ਨਿਕਲੇ, ਰੂਮ ਖੋਲਣ ਤਾਂ ਹੀ ਫਾਇਦਾ ਹੋਊਗਾ। ਲਾ ਕੇ ਜੇ ਕਈ ਬੰਦੇ ਪੱਖੇ ਥੱਲੇ ਬੈਠਣਗੇ, ਏ ਸੀ 'ਚ ਬੈਠਣਗੇ ਤਾਂ ਉਹ ਚੀਜ਼ ਗਲਤ ਹੈ, ਕਿਉਂਕਿ ਫਿਰ ਤੇਲ ਆ ਕੋਈ ਵੀ ਹੈ ਤਾਂ ਉਹ ਚਮੜੀ ਦੇ ਉੱਪਰ ਆਪਣੀ ਤਹਿ ਬਣਾ ਲੈਂਦਾ, ਰੂਮਾਂ ਨੂੰ ਸਾਫ਼ ਨਹੀਂ ਕਰਦਾ ਜੀ। ਫਿਰ ਜਿਨ੍ਹਾਂ ਦੇ ਵਾਲ ਅਸੀਂ ਕਹਿ ਲਈਏ ਕਿ ਜੀ ਲੰਮੇ ਨਹੀਂ ਹੁੰਦੇ, ਅੱਕ ਗਏ ਨੇ, ਥੱਕ ਗਏ ਨੇ, ਸ਼ੈਂਪੂ ਸਾਬਣਾ ਪਤਾ ਨਹੀਂ ਕੀ ਕੀ ਲਾ ਲਾ ਕੇ ਟੋਟਕੇ ਨੁਸਖੇ, ਉਹਨਾਂ ਦੇ ਵਾਲ ਲੰਬੇ ਹੋਣਗੇ? ਲੰਬੇ ਹੋਣਗੇ ਜਦੋਂ ਰੋਮ ਸਾਫ਼ ਹੋਣ ਲੱਗ ਗਏ, ਰੋਮਾਂ ਨੂੰ ਤਾਕਤ ਜਿਹੜੀ ਮਿਲਣ ਲੱਗ ਗਈ, ਉਹ ਖੁੱਲ੍ਹ ਗਏ ਤਾਂ ਬਿਲਕੁਲ ਅਸਲੀ ਨਿਊਟ੍ਰੀਸ਼ਨ ਮਿਲੂਗਾ ਤਾਂ ਜ਼ਰੂਰ ਜਿਹੜੇ ਵਾਲ ਲੰਮੇ ਹੋਣ ਲੱਗ ਜਾਣਗੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਨੇ, ਨੁਸਖੇ ਤੁਹਾਨੂੰ ਅਸੀਂ ਦੱਸੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਮੇਥੀ ਦਾਣਾ, ਰੀਠਾ ਔਰ ਦੇਖੋ ਤੁਸੀਂ ਨਿੰਮ ਦਾ ਤੇਲ ਹੈਗਾ, ਐਕਸਟਰਾ ਕੋਕੋਨਟ ਵਰਜਨ ਦਾ ਆਇਲ ਹੈਗਾ, ਵਰਜਨ ਕੋਕੋਨਟ ਆਇਲ ਹੈਗਾ ਔਰ ਇਹ ਕਲੌਂਜੀ ਦਾ ਤੇਲ ਹੈਗਾ ਅਤੇ ਮੁਸ਼ਕਪੂਰ ਹੈਗਾ। ਇਹ ਪੰਜ ਚਾਰ ਚੀਜ਼ਾਂ ਦਾ ਜਿਹੜਾ ਮਿਸ਼ਰਣ ਹੈਗਾ ਔਰ ਪੰਜ ਚਾਰ ਚੀਜ਼ਾਂ ਦੀ ਅਸੀਂ ਕਹਿ ਲਈਏ ਕਿ ਮਿਲਾ ਕੇ ਇੱਕ ਤੇਲ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਅੱਜ, ਜੇਕਰ ਅਸੀਂ ਆਪਣੇ ਸਿਰ ਦੇ ਉੱਤੇ ਰਾਤ ਨੂੰ ਅਪਲਾਈ ਕਰਦੇ ਹਾਂ ਤਾਂ ਰਾਤੋਂ ਰਾਤ ਇਸ ਤੇਲ ਦਾ ਅਸਰ ਦੇਖਣਾ ਡਾਕਟਰ ਸਾਹਿਬ ਮੁਤਾਬਕ ਉਹ ਸ਼ੁਰੂ ਹੋ ਜਾਏਗਾ। ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ, ਬਹੁਤ ਜ਼ਿਆਦਾ ਪਰੇਸ਼ਾਨ ਹੋ ਤੁਸੀਂ ਆਪਣੇ ਵਾਲਾਂ ਨੂੰ ਲੈ ਕੇ, ਬਹੁਤ ਟੋਟਕੇ, ਬਹੁਤ ਨੁਸਖੇ, ਬਹੁਤ ਫਾਰਮੂਲੇ ਤੁਸੀਂ ਇਸਤੇਮਾਲ ਕਰ ਲਏ ਨੇ, ਡਾਕਟਰਾਂ ਨੇ ਹੱਥ ਖੜ੍ਹੇ ਕਰਤੇ ਨੇ, ਤੁਸੀਂ ਆਪਣੇ ਗੰਜੇਪਨ ਤੋਂ ਨਿਰਾਸ਼ ਹੋ ਗਏ ਹੋ, ਵਿਗ ਇਸਤੇਮਾਲ ਕਰਦੇ ਹੋ, ਤਾਂ ਮੈਨੂੰ ਲੱਗਦਾ ਕਿ ਇੱਕ ਵਾਰ ਜਿਹੜਾ ਇਹ ਨੁਸਖਾ ਫਾਰਮੂਲਾ ਤੁਹਾਨੂੰ ਅਪਣਾਉਣਾ ਚਾਹੀਦਾ। ਫਿਰ ਵੀ ਕੋਈ ਤੁਹਾਨੂੰ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਡਾਕਟਰ ਪੰਗੂਹਰਾ ਦੀ ਟੀਮ ਨਾਲ ਸੰਪਰਕ ਕਰਕੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰਦੇ ਹੋ ਜਿਹੜੇ ਲੋਕਾਂ ਦੇ ਵਾਲ ਤੁਹਾਨੂੰ ਲੱਗਦਾ ਕਿ ਇਸ ਉਮਰ 'ਚ ਹੋਣੇ ਚਾਹੀਦੇ ਸੀ ਪਰ ਨਹੀਂ ਹੈ, ਇਸ ਉਮਰ 'ਚ ਸਫੈਦ ਨਹੀਂ ਹੋਣੇ ਚਾਹੀਦੇ ਸੀ ਪਰ ਹੈ ਨੇ, ਇਸ ਉਮਰ 'ਚ ਸਿੱਕਰੀ ਨਹੀਂ ਪੈਣੀ ਚਾਹੀਦੀ ਸੀ ਪਰ ਹੈ, ਇਸ ਉਮਰ 'ਚ ਵਾਲ ਵਧਣੇ ਚਾਹੀਦੇ ਸੀ ਪਰ ਨਹੀਂ ਵੱਧ ਰਹੇ, ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਤੁਸੀਂ ਸ਼ੇਅਰ ਕਰ ਦਿਓ। ਪਰ ਮੇਰੀ ਗੁਜ਼ਾਰਿਸ਼, ਮੇਰੀ ਅਪੀਲ, ਮੇਰੀ ਚੇਤਾਵਨੀ ਇਹੀ ਹੋ ਹੈ ਕਿ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਜਿਹੜਾ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸਦਾ ਪਰਪਜ਼ ਐਜੂਕੇਟਿਵ ਹੁੰਦਾ, ਕੁਦਰਤ ਦੀ ਤਾਕਤ ਨਾਲ ਤੁਹਾਨੂੰ ਰੂਬਰੂ ਕਰਵਾਉਣਾ ਹੁੰਦਾ। ਤੁਸੀਂ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਜ਼ਰੂਰ ਕਰਨਾ, ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਤੁਹਾਨੂੰ ਕਈ ਵਾਰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਕਰ ਸਕਦਾ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੁਆ ਗਿਆ, ਧੰਨਵਾਦ।